ਹੱਥ ਚੱਕੇ ਮੈਂ ਹੁਣ ਮੂੰਹ ਚੋਂ ਨਹੀਂ ਕਹਿਣਾ ਗਾਹ ਕੱਢੀ ਆ ਵਿੱਤ ਮੰਤਰੀ ਨੇ ਪਰ ਇਸ ਕਰਕੇ ਦੱਸ ਦਿਓ ਮੈਂ ਆ ਕਿਹਾ ਮੈਂ ਅੱਜ ਅੱਜ ਫਾਊਲ ਹੈ ਦੱਸ ਦਿਓ ਮੈਂ ਕਿਹਾ ਸਪੀਕਰ ਸਾਹਿਬ ਧੱਕੇਸ਼ਾਹੀ ਨਹੀਂ ਚੱਲੇਗੀ ਸਾਡਾ ਗਲਾ ਨਾ ਕੁੱਟੋ ਮੈਂ ਕਿਹਾ ਧੱਕੇਸ਼ਾਹੀ ਨਹੀਂ ਚੱਲੇਗੀ ਹੁਣ ਇਹ ਫਾਊਲ ਲਫ਼ਜ਼ ਆ ਵਿੱਤ ਮੰਤਰੀ ਨੂੰ ਤਾਂ ਮੈਂ ਕਹਿ ਹੀ ਨਹੀਂ ਕੁਛ ਵੀ ਵਿੱਤ ਮੰਤਰੀ ਨੂੰ ਤਾਂ ਮੈਂ ਆਹੀ ਦਿਖਾਇਆ ਬਸ ਇਹਦਾ ਬੜਾ ਦੁੱਖ ਲੱਗਾ ਹੁਣ ਵਿੱਤ ਮੰਤਰੀ ਆਹ ਨਹੀਂ ਸਹਿਣ ਕਰ ਸਕਿਆ ਵੀ ਪੈਸੇ ਕਿੱਥੇ ਗਏ ਵੀ ਦਲਿਤ ਵਿਦਿਆਰਥੀਆਂ ਦੇ ਪੈਸੇ ਕਿੱਥੇ ਗਏ ਖਾਣ ਵਾਲੀ ਸਰਕਾਰ ਮੁਰਦਾਬਾਦ ਕਹਾਂਗੇ ਮੈਂ ਇੱਕ ਵਾਰੀ ਨਹੀਂ ਮੈਂ ਲੱਖ ਵਾਰ ਕਹਾਂਗਾ ਪੂਰੇ ਪੰਜਾਬ 'ਚ ਕਿ ਵਿੱਤ ਮੰਤਰੀ ਨੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਡਿਊਲ ਕਾਸਟ ਦਲਿਤ ਬੱਚਿਆਂ ਦਾ ਭਵਿੱਖ ਕਤਲ ਕਰ ਦਿੱਤਾ ਹੈ ਲੱਖਾਂ ਬੱਚੇ ਕਾਲਜਾਂ ਯੂਨੀਵਰਸਿਟੀਆਂ ਤੋਂ ਬਾਹਰ ਕਰ ਦਿੱਤੇ ਆ ਇਸ ਸਰਕਾਰ ਨੇ ਕੋਈ ਨੌਕਰੀ ਨਹੀਂ ਮਿਲੀ ਇਸ ਬੰਦੇ ਨੂੰ ਜਿਹਨੂੰ ਪਹਿਲੀ ਵਾਰ ਇਸ ਪਵਿੱਤਰ ਸਦਨ ਵਿੱਚ ਪਹੁੰਚਾਇਆ ਦਲਤਾਂ ਨੇ ਮਦਦ ਕਰਕੇ ਅੱਜ ਉਹਨਾਂ ਕੋਲੋਂ ਬਦਬੋ ਆਉਂਦੀ ਹੈ ਉਹਨਾਂ ਨਾਲ ਨਫ਼ਰਤ ਹੈ ਅੱਜ ਇਸ ਵਿੱਤ ਮੰਤਰੀ ਨੂੰ ਸਿਰਫ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਕਿ ਇਹਦੀਆਂ ਗੋਲੀਆਂ ਇਹਦੇ ਭਾਸ਼ਣ ਸ਼ੂਗਰ ਕੋਟਡ ਪੋਇਜ਼ਨ ਹੈ ਜ਼ਹਿਰ ਆ ਔਰ 3 ਸਾਲ 'ਚ ਜੋ ਜਿੰਨਾ ਇਹਨੇ ਪਿੱਛੇ ਕਰ ਦਿੱਤਾ ਸਾਡੇ ਲੋਕਾਂ ਨੂੰ ਹੋਰ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ ਤੇ ਮੈਂ ਤੁਹਾਡੇ ਜਿਹੇ ਮੰਗ ਕਰਦਾ ਕਿ ਇੱਕ ਤਾਂ ਪ੍ਰਿਵਿਲੇਜ ਮੋਸ਼ਨ ਵਿੱਤ ਮੰਤਰੀ ਤੇ ਔਰ ਜਿਹੜੇ ਮਿਸਟਰ ਰੰਧਾਵਾ ਔਰ ਮਿਸਟਰ ਜੀਰਾ ਔਰ ਇਹਨਾਂ ਦੇ ਉੱਤੇ ਚਲਾਇਆ ਜਾਵੇ ਜਿੱਦਾਂ ਦੀਆਂ ਅੰਦਰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਨੇ